ਕਾਰ ਵਿੱਚ ਨਣਕਾਣੇ ਦੇ ਆਇਆ ਹੈ ਨਾਨਕੀ ਦਾ ਵੀਰ ਛਿਮ ਛਿਮ ਵਰਦੇ ਅੰਮ੍ਰਿਤ ਧਾਰ ਗੁਰੂ ਨਾਨਕ ਨੇ ਲਿਆ ਅਵਤਾਰ ਵਿੱਚ ਨਣਕਾਣੇ ਦੇ ਆਇਆ ਹੈ ਨਾਨਕੀ ਦਾ ਵੀਰ ਛਿਮ ਛਿਮ ਵਰਦੇ ਅੰਮ੍ਰਿਤ ਧਾਰ ਗੁਰੂ ਨਾਨਕ ਨੇ ਲਿਆ ਅਵਤਾਰ ਵਿੱਚ ਨਣਕਾਣੇ ਦੇ ਆਇਆ ਹੈ ਨਾਨਕੀ ਦਾ ਵੀਰ ਵਿੱਚ ਨਣਕਾਣੇ ਦੇ ਆਇਆ ਹੈ ਨਾਨਕੀ ਦਾ ਵੀਰ ਛਿਮ ਛਿਮ ਵਰਦੇ ਅੰਮ੍ਰਿਤ ਮਿੱਤਰ ਪਿਆਰੇ ਨੂੰ be
ਸ਼ਾਮ ਤੋਂ ਟਾਈਮ ਸਿਰ ਵਾਪਸ ਕਰਨਾ ਹੈ।
ਸੁਦਵਾਨੀ ਦੀ ਗੱਲ ਜੇ ਕਿਉਂਕਿ ਲਾਹੌਰ ਦੇ ਵਿੱਚ ਹੀ ਹਨ ਜੇ ਆਪਣੇ ਕੋਲ ਸਮਾਂ ਸ਼ੌਕ ਵਾਲੇ ਦਿਨ ਬਚ ਗਿਆ ਆਪਾਂ ਜਨਮ ਸਥਾਨ ਦੇ ਇੱਥੇ ਦੋ ਚਿੱਤਰ ਦਿਮਾਗ ਲਾ ਗਿਆ ਗੁਰੂ ਰਾਮਦਾਸ ਸਾਹਿਬ ਜਨਮ ਸਥਾਨ ਸ੍ਰੀ ਗੁਰੂ ਰਾਮਦਾਸ ਜੀ ਦਾ ਅਤੇ ਅੱਜ ਵੀ ਮੈਂ ਸਾਂਝਾ ਕਰਨਾ ਕਿਉਂਕਿ ਮੈਨੂੰ ਸਾਰੇ ਵੀ ਆਪਣਾ ਲਿਖਿਆ ਵੀ ਇਤਿਹਾਸ ਨਹੀਂ ਦੱਸ ਸਕਦਾ ਮੈਂ ਤਾਂ ਕਰਕੇ ਬਹੁਤ ਸੰਖੇਪ ਜਿੰਨੀ ਗੱਲ ਕੀਤੀ ਉਹ ਕੀਤੀ ਆ ਪਰ ਇੱਕ ਮੈਂ ਬੇਨਤੀ ਕਰਨੀ ਸਾਰੇ ਸੰਗਤ ਆ ਗਈ ਆ ਹੁਣ ਤਾਂ ਆ ਗਈ ਉਹਨੇ ਸਾਰੇ ਸੰਗਤ ਮੈਂ ਦੁਬਾਰਾ ਜਿਹੜੀ ਪਹਿਲੀ ਗੱਲ ਕੀਤੀ ਸੀ ਫਿਰ ਦੁਬਾਰਾ ਕਹਿ ਦਿਆਂ ਕਿ ਇਹ ਅਸਥਾਨ ਉਹ ਅਸਥਾਨ ਹੈ ਜਿੱਥੇ ਸਭ ਤੋਂ ਵੱਡੀਆਂ ਕੁਰਬਾਨੀਆਂ ਕੀਤੀਆਂ ਸਿੱਖਾਂ ਨੇ ਖਾਸ ਕਰਕੇ ਬੀਬੀਆਂ ਨੇ ਬੀਬੀਆਂ ਦਾ ਕਿੰਨਾ ਵੱਡਾ ਯੋਗਦਾਨ ਹੈ ਸਿੱਖੀ ਨੂੰ ਬਚਾਉਣ ਦੇ ਲਈ ਇਸ ਇਸ ਥਾਂ 'ਤੇ ਆਪਾਂ ਪਤਾ ਲੱਗਦਾ ਅਰਦਾਸ ਆਪਾਂ ਉਹਨੂੰ ਜ਼ਿਕਰ ਵੀ ਕਰਦੇ ਹਾਂ ਕਿ ਜਿੰਨਾ ਬੀਬੀਆਂ ਮਾਤਾਵਾਂ ਭੈਣਾਂ ਨੇ ਜੀਵਨ ਦੀ ਜੇ ਸਵਾ ਸਵਾ ਮਨ ਦੇ ਪੀਸੇ ਪੀਸੇ ਬੱਚਿਆਂ ਦੇ ਟੋਟੇ ਕਰਵਾ ਕੇ ਹਰ ਘਰਾਂ ਵਿੱਚ ਪਵਾਏ ਪਰ ਸਿੱਖੀ ਸਿੱਖ ਫਿਰ ਵੀ ਦਵਾਇਆ ਇਹ ਉਹ ਸਥਾਨ ਔਰ ਉੱਨੀ ਮਿਹਨਤ ਦੇ ਨਾਲ ਉੱਨੀ ਸਟਰਗਲ ਦਾ ਸਥਾਨ ਬਣਿਆ ਹੈਗਾ ਇੰਗਲੈਂਡ ਦੇ ਸੰਤਰਾ ਬਣਾਇਆ ਜਿਹੜੇ ਫੌਂਡਰਾਂ ਵਿੱਚੋਂ ਸੀਗੇ ਵਿਜੇਂਦਰ ਸਿੰਘ ਪੁਰੇਵਾਲ ਜੀ ਜਿਹੜੀ ਕਾਂਗਰਸ ਕਮੇਟੀ ਉੱਤਰੀ ਬਣੀ ਉਹਨਾਂ 'ਚੋਂ ਸਾਡੇ ਕੋਲ ਬੈਠੇ ਆ ਬਾਕੀ ਆਪਾਂ ਜਿੱਦਾਂ ਹੋਵਾਂਗੇ ਉਹਨਾਂ ਦੀ ਜਿਹੜੀ ਸਿਹਤ ਸੇਵਾ ਸੀ ਉਹਨੂੰ ਭੱਜੀਆਂ ਆਖਣਾ ਹੈ ਸੋ ਬੇਨਤੀ ਕਰਾਂ ਭਾਈ ਸਾਹਿਬ ਨੂੰ 100 ਸਿਰਫ 100 ਉਹਨਾਂ ਲਈ ਲੈ ਆਉਣ ਆਪਾਂ ਥੱਲੇ ਜਿਹਨਾਂ ਨੇ ਇੱਥੇ ਦਰਸ਼ਨ ਕਰ ਲਿਆ ਸਤਿਗੁਰ ਦੇ ਨਾਲ ਮੈਂ ਬੇਨਤੀ ਕਰਾਂਗਾ ਸਾਡੇ ਕੋਲ ਜਿਹੜੇ ਭਾਈ ਅਮਰੀਕ ਸਿੰਘ ਜੀ ਆ ਗਿਆ ਬੇਸ਼ੱਕ ਕਰ ਲਓ ਆਪ ਅਰਦਾਸ ਵੀ ਕਰ ਲਓ ਹੁਕਮਨਾਮਾ ਮਿਲ ਲਓ ਬੇਸ਼ੱਕ ਆ ਜਾਓ ਸਾਡੇ ਲਈ ਚੁਣੌਤੀ ਭਰਿਆ ਇੱਕ ਤਾਂ ਹੀ ਗੁਰੂ ਨਵੀਂ ਤਿਉਹਾਰ ਚੱਲ ਰਿਹਾ ਆਪਣੇ ਧਰਮ ਨੂੰ ਹੱਥ ਕਾਰ ਕਰਨ ਦੀ ਕਰਦਾ ਹੁੰਦਾ ਹੈ ਉਹ ਚੁਣੌਤੀ ਕਰਦਾ ਹੋਵੇ ਦੂਜੀ ਭਾਰਤ ਸਰਕਾਰ ਉਹਦੇ ਸ਼ਰਾਰਤ ਕੀਤੀ ਗਈ ਗੱਲ ਬਹੁਤ ਵੱਡੀ ਜਦੋਂ ਕਰਤਾਰਪੁਰ ਦਾ ਲਾਂਘਾ ਖੁੱਲ ਰਿਹਾ ਸੀਗਾ ਜਦੋਂ ਕਹਿ ਰਹੇ ਸੀਗੇ ਕਿ ਅਸੀਂ ਸਿੱਖਾਂ ਨੂੰ ਦੋਹਾਂ ਤੱਕ ਬਣਾ ਸਕਦੇ 550 ਸਾਲਾਂ ਦੇ ਉੱਤੇ ਆਸਮਾਨ ਜੁੱਪਾ ਬਣਾ ਕੇ ਦੇ ਦਿੱਤਾ ਸਿੱਖਾਂ ਨੂੰ ਕਰਤਾਰਪੁਰ ਦੇ ਕਾਰਨ ਨੂੰ ਖੋਲੇ ਗਏ ਬਿਲਕੁਲ ਉਸੇ ਟਾਈਮ 'ਤੇ ਸੁਪਰੀਮ ਕੋਰਟ ਵੱਲੋਂ ਰੂਲਿੰਗ ਆਈ ਕਿ ਬਾਬਰੀ ਮਸਜਿਦ ਨੂੰ ਮੰਦਰ ਤੋਂ ਵੀ ਲਿਆ ਸਾਰੀ ਉਹ ਖਬਰ ਵੀ ਉੱਥੇ ਟੈਨਸ਼ਨ ਕਾਫੀ ਚੱਲ ਰਹੀ ਹੈ ਖਬਰਾਂ ਦੀ ਗੱਲ ਕਰਦੇ ਕਿ ਉਹਦੀ ਟੈਨਸ਼ਨ ਦਾ ਅਸਰ ਸਭ ਤੋਂ ਪਹਿਲਾਂ ਇੱਥੇ ਪੈਂਦਾ ਗੁਆਂਢ ਵਿੱਚ ਲੋਕ ਆਪਣੇ ਧਰਮ ਨੂੰ ਪਿਆਰ ਕਰਦੇ ਸਾਡੇ ਹਰਿਮੰਦਰ ਸਾਹਿਬ ਕਰ ਰਿਹਾ ਹੋਇਆ ਸੀ ਸਾਡੇ ਦਰਦ ਆਇਆ ਸੀ ਬਹੁਤ ਮੇਰਾ ਮੈਂ ਦਰਦ ਮਹਿਸੂਸ ਹੈ ਅਤੇ ਆਪਾਂ ਇਸ ਕਰਕੇ ਬਾਹਲਾ ਰਾਬਤਾ ਕਿਸੇ ਨਾਲ ਵੀ ਰੱਖਣਾ ਸਕਿਉਰਟੀ ਦੇ ਰਾਹ ਦਿੱਤਾ ਜਾਂਦਾ ਆਪਣੇ ਆਪ ਨੂੰ ਸੰਕੋਚ ਕੇ ਵਾਹਿਗੁਰੂ ਕਰਦੇ ਹੋਏ ਨਾਲ ਦੋਸਤੀ ਦਾ ਇਜ਼ਹਾਰ ਕਰਦੇ ਅਸੀਂ ਸਰਬੱਤ ਦੇ ਭਲੇ ਦੀ ਮੰਗ ਕਰਕੇ ਆਏ ਹਾਂ ਅਸੀਂ ਦੋਸਤੀਆਂ ਦੀ ਮੰਗ ਕਰਕੇ ਆਏ ਹਾਂ ਅਸੀਂ ਅੱਜ ਦੇ ਸਥਾਨ ਹੈ ਇਹਨਾਂ ਨੂੰ ਹੱਸਦਾ ਹੋਇਆ ਫੁੱਲਦਾ ਦੇਖਣਾ ਚਾਹੁੰਦੇ ਹਾਂ ਇੱਥੇ ਸਿੱਖੀ ਗਾਈ ਦੀ ਪਰ ਦੋਸਤੀ ਨਹੀਂ ਹੋ ਸਕਦੀ ਹੈ ਦੋਸਤੀ ਹੋ ਅਮਨ ਸ਼ਾਂਤੀ ਦੇ ਲਈ ਅਰਦਾਸਾਂ ਕਰਦੇ ਆਏ ਹਾਂ ਬਿਲਕੁਲ ਉਸੇ ਰੂਪ ਵਿੱਚ ਬਣਾਇਆ ਹੈ ਸਾਡਾ ਨਾ ਕੋ ਲੈ ਨਹੀਂ ਬਣਾਉਣਾ ਸਿੱਖ ਸਰਕਾਰ ਨੇ ਉਸ ਭਾਵ ਵਿੱਚ ਰਹਿਣਾ ਹੈ ਸਰਕਾਰਾਂ ਨੇ ਸ਼ਾਸਤਾਂ ਵੀ ਕਰਨੀਆਂ ਅਤੇ ਸ਼ਰਾਰਤਾਂ ਵੀ ਕਰਨੀਆਂ ਪਰ ਆਪਾਂ ਸੁਚੇਤ ਹੋਵਾਂਗੇ ਜੀ ਅਤੇ ਸਾਡਾ ਪ੍ਰਸ਼ਾਦ ਸੋ ਉਸ ਮਾਮਲੇ ਮੈਂ ਤਾਂ ਥੋੜ੍ਹਾ ਜਿਹਾ ਕਹਿ ਤਾਂ ਸੁਚੇਤ ਵੀ ਹੈ ਅਤੇ ਭਾਈ ਸਾਹਿਬ ਜੀ ਕੀ ਹੁਕਮ ਹੈ ਸਾਨੂੰ ਇਸ ਸਥਾਨ ਬਾਰੇ ਮੇਰੇ ਬਾਬਾ ਸਾਹਿਬ ਜੀ ਬਹੁਤ ਤਕਲੀਫ ਸੀ ਕਿਉਂਕਿ ਆਪਾਂ ਜਾਣਾ ਕਿ ਉੱਧਰ ਜਿਹੜਾ ਬਾਜ਼ਾਰ ਚੋਂ ਹਰ ਹਾਲਤ ਵਿੱਚ ਆਪਾਂ ਦਰਸ਼ਨ ਕਰਕੇ ਨਿਕਲਣਾ ਜਿਹੜੀ ਛੇਤੀ ਨਿਕਲ ਸਕਦੇ ਹੋਏ ਕਿ ਉੱਥੇ ਆਉਣਾ ਹੈ ਸੋ ਥੱਲੇ ਸ਼ੀਸ਼ੇ ਦੇ ਨਾਲ ਜਿੱਥੇ ਅਸੀਂ ਤਸੀਲ ਦੇ ਵਕਤ ਦਰਸ਼ਨ ਕਰਨਾ ਸਾਡੇ ਹੱਥ ਟਿਕਾ ਹੋ ਗਿਆ ਆਪਾਂ ਲੇਟ ਤੋਂ ਲੇਟ ਤੇ ਸਵਾ ਕੁ 9 ਤੱਕ ਦਰਸ਼ਨ ਕਰਕੇ ਥੱਲੇ ਨਿਕਲਣਾ ਸੋ ਗੁਰਬਾਸ ਸਾਹਿਬ ਦੀ ਬਹੁਤ ਬੇਸ਼ਤ ਆ ਜਾਓ ਇਹ ਜੋ ਆਪਾਂ ਅੱਜ ਠੀਕ ਸੀ ਸਟਾਰ ਦੇ ਕੋਲ ਪਹੁੰਚੇ ਹੋਏ ਜਦੋਂ ਮੈਂ ਤੇ ਬਾਈਕ ਦੇ ਸਫਰ ਦਾ
ਸਾਡੇ ਹੱਕ ਦੇ ਆਪ ਹੀ ਬੰਦੇ ਘਰਦੇ ਰਹੇ ਹਾਂ ਵੀ ਉੱਥੇ ਇਹ ਜਿਹੜੀ ਹੈਗੀ ਪ੍ਰੈਸ਼ਰ ਸਾਹਿਬ ਕਰਦੇ ਘਰ ਬਾਦਲ ਗੱਲ ਕੀਤੀ ਮੈਂ ਜਿੱਥੇ ਜੋ ਦਿੰਦੇ ਤੇਰਾ ਅੱਜ ਇੱਥੇ ਸਾਰਾ ਗੁਰਦੁਆਰਾ ਬਣਾਉਣਾ ਸੀ।
ਕੱਟ ਕੱਟ देख जीवा गुर तेरा दर्शन देख जीवा दे
ਦੇਖ ਜੀਵਾਂ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਦੇਖ ਜੀਵਾਂ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਪੂਰਨ ਕਰਮ ਹੋਏ ਪ੍ਰਭ ਮੇਰਾ 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 ਦੇਖ ਜੀਵਾਂ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਦੇਖ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਦੇਖ ਜੀਵਾਂ ਗੁਰ
सुनो बिनो प्रभ मेरे मीता, सुनो बिनो प्रभ मेरे कमल वसह मेरे पीता, चरण कमल वसह मेरे पीता। देख दीवा देख दीवा गुर तेरा दर्शन देख दीवा, देख दीवा देख दीवा गुर तेरा दर्शन देख दीवा, देख दीवा देख दीवा गुर तेरा दर्शन देख दीवा, देख दीवा देख दीवा गुर तेरा दर्शन देख दीवा। नानक एक करे अरदास, नानक एक करे अरदास, नानक एक करे अरदास, विसर नाहीं पूरन गुण दास, सिर नहीं पूरन गुण दास। देख दीवा देख दीवा गुर तेरा दर्शन देख दीवा, देख दीवा देख दीवा गुर तेरा दर्शन देख दीवा, देख दीवा देख दीवा गुर तेरा दर्शन देख दीवा, देख दीवा देख दीवा गुर तेरा दर्शन देख दीवा, देख दीवा देख दीवा गुर तेरा दर्शन देख दीवा। पूरन कर्म होए प्रभ मेरा, 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 पूर्ण कर्म होए प्रभ मेरा। देख दीवा गुर तेरा दर्शन देख दीवा, देख दीवा गुर तेरा दर्शन देख दीवा, देख दीवा देख दीवा गुर तेरा दर्शन देख दीवा, देख दीवा गुर तेरा दर्शन देख दीवा, देख दीवा देख दीवा गुर तेरा दर्शन देख दीवा, देख दीवा गुर तेरा दर्शन देख दीवा, देख दीवा देख दीवा गुर तेरा दर्शन देख दीवा, देख दीवा देख दीवा गुर तेरा दर्शन देख दीवा, देख दीवा देख दीवा गुर तेरा दर्शन देख दीवा। तेरे गुण बहुते मैं एक न जानिया,
ਮੈਂ ਮੂਰਖ ਕਿਛ ਦੀ ਸੋਢੀ ਸੁਲਤਾਨ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੋਇਆ ਸੀ। ਜਨਮ ਸਥਾਨ ਗੁਰਦੁਆਰਾ ਹੈ, ਜਨਮ ਸਥਾਨ ਵਿੱਚ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ। ਔਰ ਇਹਦੇ ਨਾਲ ਨਾ ਇਸ ਅਸਥਾਨ ਦੇ ਨਾਲ ਵੀ ਦਸੇ ਪਾਤਸ਼ਾਹ ਦੀ ਕਰਾਮਾਤ ਦੀ ਗੱਲ ਜੁੜੀ ਹੋਈ। ਮੈਂ ਤਾਂ ਦਸਾਂ ਪਾਤਸ਼ਾਹ ਦੀ ਗੱਲ ਕਰ ਦਿੱਤੀ, ਬਹੁਤ ਘੱਟ ਗੱਲ ਕੀਤੀ ਗਈ ਹੈ। ਗੁਰੂ ਦੀ ਅਜ਼ਮਤ 'ਚ ਸਾਡਾ ਓਡਾ ਯਕੀਨ ਨਹੀਂ ਰਿਹਾ ਤਾਂ ਸਾਡੇ ਪ੍ਰਚਾਰ ਤੇ ਗੱਲ ਕੀਤੀ ਨਹੀਂ ਜਾਂਦੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਲਾਹੌਰ ਆਏ ਸੀ, ਜ਼ੁਲਮ ਹੋ ਰਿਹਾ ਸੀ ਬੜਾ, ਉਹ ਸਮਾਂ ਜ਼ੁਲਮ ਦਾ ਸੀਗਾ, ਬਾਦਸ਼ਾਹੀਆਂ ਦੀ ਲੋਕ ਲੜ ਰਿਹਾ ਸੀ ਗੁਰੂ ਨਾਨਕ ਸਾਹਿਬ ਦੇ ਵੇਲੇ। ਔਰ ਗੁਰੂ ਨਾਨਕ ਸਾਹਿਬ ਗੁਰਬਾਣੀ 'ਚ ਜ਼ਿਕਰ ਵੀ ਕੀਤਾ ਵੀ ਇੱਕ ਬੰਨੇ ਪਠਾਨ ਸੀ, ਦੂਜੇ ਬੰਨੇ ਮੁਗਲ ਸੀ, ਬੇਸ਼ੱਕ ਦੋਨੇ ਇੱਕ ਧਰਮ ਨੂੰ ਮੰਨਣ ਵਾਲੇ ਸੀ, ਦੂਜੇ ਬੰਨੇ ਰਾਜਪੂਤ ਸੀ, ਮਰਾਠੇ ਸੀ, ਸਾਰੇ ਇਹ ਹਿੰਦੁਸਤਾਨ ਦੇ ਕਬਜ਼ੇ 'ਚ ਲੜਾਈ ਹੋ ਰਹੀ ਸੀ, ਜ਼ੁਲਮ ਸੀਗਾ। ਲਾਹੌਰ 'ਤੇ ਕਬਜ਼ੇ ਕਰਨ ਦੀ ਗੱਲ ਚੱਲੀ ਸੀ, ਇਹਦਾ ਤਾਂ ਸਤਿਗੁਰ ਨੇ ਆਖਿਆ ਲਾਹੌਰ ਸ਼ਹਿਰ ਜ਼ਹਿਰ ਪੈਰ ਜ਼ਹਿਰ ਕਹਿਰ ਸਵਾ ਪੈਰ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਸਵਾ ਸਵਾ ਪੈਰ ਦੇ ਕਤਲੇ ਆਮ ਇੱਥੇ ਲਗਾਤਾਰ ਚੱਲਦੇ ਸੀ, ਇੱਕ ਤੋਂ ਬਾਅਦ ਦੂਜਾ ਗਏ ਤੀਜਾ ਸੀਧਾ। ਪਰ ਗੁਰੂ ਨਾਨਕ ਸਾਹਿਬ ਇੱਡੀ ਵੱਡੀ ਅਜ਼ਮਤ ਦੇ ਮਾਲਕ, ਉਹਨਾਂ ਨੇ ਇੱਕ ਸਲੋਕ ਦੀ ਇੱਕ ਪੰਕਤੀ ਲਿਖ ਕੇ ਸਲੋਕ ਛੱਡ ਦਿੱਤਾ। ਗੁਰੂ ਗ੍ਰੰਥ ਸਾਹਿਬ ਦਰਜਾ ਬਿਲਕੁਲ ਉਦੇ ਇੱਕ ਪੰਕਤੀ, ਪਰ ਦੁਨੀਆਂ ਭਰ ਦੇ ਵਿੱਚ ਸਲੋਕ ਦੋ ਜਾਂ ਦੋਹਰਾ ਦੋ ਪੰਕਤੀਆਂ ਦਾ ਗਿਣਿਆ ਗਿਆ, ਜਿੰਨੀ ਵੀ ਜਿਹਨਾਂ ਵੀ ਕਵਿਤਾ ਦੀ ਸਮਝ ਪਿੰਗਲ ਦੀ, ਗੁਰੂ ਨਾਨਕ ਸਾਹਿਬ ਨੇ ਇੱਕ ਪੰਕਤੀ ਲਿਖੀ ਛੱਡ ਦਿੱਤੀ ਗੱਲ। ਗੁਰੂ ਨਾਨਕ ਸਾਹਿਬ ਤਾਂ ਲੋਕੀ ਦੇ ਜਾਣਨ ਵਾਲੇ ਸਨ, ਆਉਣ ਵਾਲੇ ਸਮੇਂ ਦੇ ਵੀ ਜਾਣਨ ਵਾਲੇ ਸਨ, ਯੁੱਗਾਂ ਯੁੱਗਾਂ ਵਾਲੇ ਜਾਣਨ ਵਾਲੇ ਸਨ, ਤਾਂ ਜਾਣ ਦੂਜੀ ਅਗਲੀ ਲੈਣ ਉਚਾਰੀ ਨਹੀਂ, ਬਸ ਇੰਨੀ ਗੱਲ ਕਰਤੀ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਜਦੋਂ ਗੁਰੂ ਰਾਮ ਅਮਰਦਾਸ ਦੇ ਦਰਬਾਰ ਦੇ ਵਿੱਚ ਗੋਇੰਦਵਾਲ ਜਾ ਕੇ ਗੁਰੂ ਰਾਮਦਾਸ ਜੀ ਮੱਥਾ ਟੇਕਿਆ, ਉਹਨਾਂ ਦਾ ਮਸਤਕ ਦੇਖਿਆ, ਗੁਰੂ ਅਮਰਦਾਸ ਗੁਰਗੱਦੀ ਦੇ ਉੱਤੇ ਵੀ ਗੁਰੂ ਰਾਮਦਾਸ ਗੁਰਗੱਦੀ ਨਾਲ ਲਿਆ ਲਿਆ ਅਜੇ ਭਾਈ ਜੇਤਾ ਜੀ ਨੇ ਮਸਤਕ ਦੇਖਿਆ, ਅਤੇ ਗੁਰੂ ਅਮਰਦਾਸ ਜੀ ਨੇ ਜਿੱਦਾਂ ਸਾਡਾ ਛੋਟੀ ਚਮਕਾਰ ਦੇ ਵਿੱਚ ਗੱਲ ਕੀਤੀ ਗਈ ਆ, ਗੁਰੂ ਅਮਰਦਾਸ ਪਾਤਸ਼ਾਹ ਨੇ ਆਖਿਆ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਦੂਜੀ ਪੰਕਤੀ ਸਲੋਕ 12 ਤੋਂ ਅਧੀਨ ਦੇ ਵਿੱਚ ਬਿਲਕੁਲ ਇੱਦਾਂ ਹੀ ਦਰਜਾ, ਇੱਕ ਪੰਕਤੀ ਗੁਰੂ ਨਾਨਕ ਸਾਹਿਬ ਦੇ ਨਾਂ 'ਤੇ, ਦੂਜੀ ਪੰਕਤੀ ਗੁਰੂ ਅਮਰਦਾਸ ਦੇ ਨਾਂ 'ਤੇ, ਅਤੇ ਦੋਨੇ ਪੰਕਤੀਆਂ ਇਕੱਠੀਆਂ ਕਰਕੇ ਇੱਕ ਸਲੋਕ ਬਣਦਾ। ਔਰ ਦੁਨੀਆਂ ਭਰ ਦੇ ਧਰਮਾਂ ਦੇ ਇਤਿਹਾਸ ਦੇ ਵਿੱਚ ਕੋਈ ਏਦਾਂ ਨਹੀਂ ਕਿ ਇੱਕ ਸਲੋਕ ਕਿਸੇ ਬਾਣੀ ਦਾ ਜਾਂ ਰੱਬੀ ਕਲਾਮ ਦਾ ਦੋ ਪੈਗੰਬਰਾਂ ਨੇ ਜਾਂ ਦੋ ਮਹਾਂਪੁਰਸ਼ਾਂ ਨੇ ਜਾਂ ਦੋ ਪੀਰਾਂ ਨੇ ਰੋਸ਼ੇ ਚਾਹ ਗਿਆ, ਇੱਕ ਪੰਕਤੀ ਇੱਕ ਅਤੇ ਦੂਜੀ। ਅਤੇ ਗੁਰੂ ਅਮਰਦਾਸ ਨੇ ਆਖਿਆ ਕੀ ਆਖਿਆ ਕਿ ਹੁਣ ਲਾਹੌਰ ਸ਼ਹਿਰ 'ਚ ਉਹਦਾ ਜਨਮ ਹੋਇਆ ਹੋਇਆ, ਉਹ ਆ ਗਿਆ ਜਿਹਨੇ ਗੁਰੂ ਨਾਨਕ ਦੀ ਗੱਦੀ ਦਾ ਵਾਪਸ ਬਣਨਾ, ਅਜੇ ਪਰਖਾ ਵੀ ਨਹੀਂ ਹੋਈਆਂ। ਲਾਹੌਰ ਸ਼ਹਿਰ ਅੰਮ੍ਰਿਤਸਰ ਜਾਂ ਸਾਡੇ ਟੀਕਾਕਰ ਇੱਦਾਂ
ਅੰਮ੍ਰਿਤਸਰ ਬਾਰੇ ਭਿਖਵਾਣੀ ਕਰਤੀ ਕਿ ਉਹਦਾ ਜਨਮ ਹੋਇਆ ਜਿਹਨੇ ਅੰਮ੍ਰਿਤਸਰ ਵਸਾਉਣਾ ਹੈ। ਅੰਮ੍ਰਿਤਸਰ ਸਿਫਤੀ ਦਾ ਘਰ, ਸੋ ਹੁਣ ਲਾਹੌਰ ਵੀ ਵਸਦਾ ਰਿਹਾ, ਜ਼ਹਿਰ ਕਰ ਨਹੀਂ ਰਿਹਾ, ਇਹ ਵੀ ਸਿਫਤੀ ਦਾ ਘਰ ਬਣ ਗਿਆ। ਪਹਿਲੀ ਪੰਕਤੀ ਲਾਹੌਰ ਸ਼ਹਿਰ ਜ਼ਹਿਰ ਕਰ ਸਵਾ ਪੈਰ, ਦੂਜੀ ਪੰਕਤੀ ਗੁਰੂ ਅਮਰਦਾਸ ਦੀ ਲਾਹੌਰ ਸ਼ਹਿਰ ਅੰਮ੍ਰਿਤਸਰ ਸ਼ਿਵਜੀ ਦਾ ਘਰ। ਦੋ ਟੀਕਾ ਸਾਡੇ ਟੀਕੇ ਵਿਦਵਾਨਾਂ ਨੇ ਅਰਥ ਕੀਤੇ ਨੇ, ਜਿਹੜੇ ਸੰਪਰਦਾਇ ਟੀਕੇ ਸਾਰੇ ਚੱਲੇ ਆ ਰਿਹਾ। ਸ਼ਵੇਤ ਪ੍ਰੋਫੈਸਰ ਸਾਹਿਬ ਸਿੰਘ ਜਿਹਨਾਂ ਨੂੰ ਸਾਰੀ ਮਾਨਤਾ ਦਿੰਦੇ ਆ, ਇੱਕ ਟੀਕੇ ਨਾਲ ਉਹਨਾਂ ਅਰਥ ਕੀਤੇ ਨੇ ਕਿ ਲਾਹੌਰ ਸ਼ਹਿਰ ਦੇ ਵਿੱਚ ਉਹਦਾ ਪ੍ਰਕਾਸ਼ ਹੋਇਆ ਜਿਹਨੇ ਅੰਮ੍ਰਿਤਸਰ ਸ਼ਿਵ ਦੇ ਘਰ ਸੁਣਿਆ ਹੈ। ਗੁਰੂ ਅਮਰਦਾਸ ਨੇ ਪਹਿਲਾਂ ਅਰਥ ਦਿੱਤਾ, ਜਿਹੜਾ ਆਪਾਂ ਕਹਿੰਦੇ ਨੇ ਗੁਰੂ ਨਹੀਂ ਆਉਣ ਵਾਲੇ ਸਮੇਂ ਬਾਰੇ ਜਾਣਦਾ, ਇਹ ਸਲੋਕ ਉਹਦਾ ਜਵਾਬ ਹੈ। ਗੁਰੂ ਨਾਨਕ ਸਾਹਿਬ ਵੀ ਆਉਣ ਵਾਲੇ ਸਮੇਂ ਬਾਰੇ ਜਾਣਦੇ ਸੀ, ਗੁਰੂ ਅਮਰਦਾਸ ਵੀ ਆਉਣ ਵਾਲੇ ਸਮੇਂ ਬਾਰੇ ਜਾਣਦੇ ਸੀ। ਮੈਂ ਦਸਾਂ ਪਾਤਸ਼ਾਹ ਤਾਂ ਗੱਲ ਕੀਤੀ ਕਿ ਗੁਰੂ ਰਾਮਦਾਸ ਨੇ ਜਦੋਂ ਉਹਨਾਂ ਦਾ ਵਰਸ਼ ਚੱਲ ਪਿਆ ਗੁਰਗੱਦੀ ਉੱਤੇ, ਅਤੇ ਫਿਰ ਗੁਰੂ ਰਾਮਦਾਸ ਤੋਂ ਬਾਅਦ ਉਹਨਾਂ ਦਾ ਵਰਸ਼ ਹੀ ਚੱਲਿਆ, ਚੱਲੀ ਪੀੜ੍ਹੀ ਛੋਟੀਆਂ ਰੂਪ ਦਿਖਾਉਣ ਦਾ ਵਾਰ ਵਾਰ। ਮੈਂ ਇੱਕ ਗੱਲ ਸਾਂਝੀ ਕਰਨੀ ਆ, ਮੇਰੇ ਵੀਰ ਰਣਜੀਤ ਸਿੰਘ ਜੀ ਨੇ ਇੱਥੋਂ ਦੇ ਬੜੇ ਲੰਬੇ ਸਮੇਂ ਤੋਂ ਸੇਵਾ ਕਰ ਰਿਹਾ ਗ੍ਰੰਥੀ ਦੇ ਤੌਰ 'ਤੇ ਅਰਦਾਸਾਂ ਦੀ, ਕਿਉਂਕਿ ਇੱਥੇ ਸੰਗਤ ਗੁਰਦੁਆਰੇ ਬਾਬਾ ਜਗਤਾਰ ਸਿੰਘ ਅਕਾਲ ਸੇਵਾ ਨੇ ਸੇਵਾ ਕਰਵਾਈ ਹੈ। ਅਤੇ ਸੰਗਤ ਗੁਰਦੁਆਰੇ ਗੁਰਪੁਰਬਾਂ ਦੇ ਦਿਨਾਂ 'ਚ ਆਉਂਦੀ, ਉੱਦਾਂ ਇਸ ਗੁਰਦੁਆਰੇ ਸੰਗਤ ਬਹੁਤ ਘੱਟ ਆਉਂਦੀ, ਆਉਣਾ ਵੀ ਔਖਾ ਹੁੰਦਾ ਬਾਜ਼ਾਰ 'ਚੋਂ, ਨਾ ਕਿਉਂ ਮੈਨੂੰ ਪਤਾ ਹੁੰਦਾ ਹੈ। ਜਨਮ ਅਸਥਾਨ ਦੀ ਉੱਡੀ ਮਹਾਨਤਾ ਜਿਹਦੀ ਕੋਈ ਨਾਂ ਸਾਹਿਬ ਜਨਮ ਅਸਥਾਨ ਦੀ ਮਹਾਨਤਾ ਗੁਰਨਾਮ ਦੇ ਰੂਪੀ ਹੈ ਨਾ। ਸੋ ਅਰਦਾਸਾਂ ਆਪਾਂ ਇੱਥੇ ਕਰਾਇਆ ਹੋਇਆ ਜ਼ਰੂਰ, ਗੁਰੂ ਰਾਮਦਾਸ ਦੇ ਅਸਥਾਨ 'ਤੇ ਅਰਦਾਸਾਂ ਕਰਾਉਣਾ। ਆਪਾਂ ਅੰਮ੍ਰਿਤਸਰ ਜਾਂਦੇ ਹਾਂ, ਇਹ ਵੀ ਉਦਾਸ ਥਾਂ ਹੈ ਜਿਹਨੇ ਅੰਮ੍ਰਿਤਸਰ ਸਿਰਜਿਆ। ਸੋ ਇੱਥੇ ਅਰਦਾਸਾਂ ਵੀ ਆਪਾਂ ਕਰਾਉਣੀਆਂ ਨੇ, ਉਹ ਵੀ ਦੂਜੇ ਬੰਦੇ ਸਾਡੇ ਖੜ੍ਹੇ ਨੇ ਵੀਰ ਮੁਨੀਰ ਜੀ, ਲਾਲ ਜੀ ਨਾਲ ਟੀਮ ਹੈ। ਇਹ ਬੇਸ਼ੱਕ ਕਾਰ ਸੇਵਾ ਦੀ ਸੇਵਾ ਬਾਬਾ ਜਗਤਾਰ ਸਿੰਘ ਨੇ ਕੀਤੀ ਹੈ, ਬਾਬਾ ਜਗਤਾਰ ਸਿੰਘ ਦੀ ਪਾਕਿਸਤਾਨ ਦੇ ਗੁਰਦੁਆਰੇ ਦੀ ਬਹੁਤ ਵੱਡੀ ਸੇਵਾ, ਸਭ ਤੋਂ ਵੱਡੀ ਸੇਵਾ ਬਾਬਾ ਜਗਤਾਰ ਸਿੰਘ ਦੀ, ਫਿਰ ਕਾਰ ਸੇਵਾ ਕਮੇਟੀ ਵਾਲਿਆਂ ਦੀ, ਯੂਕੇ ਵਾਲਿਆਂ ਦੀ, ਉਹ ਤੋਂ ਬਾਅਦ ਛੋਟੀਆਂ ਛੋਟੀਆਂ ਸੇਵਾਵਾਂ ਬਾਕੀ ਸਾਰਿਆਂ ਦੀਆਂ, ਪਰ ਇੰਗਲੈਂਡ ਦੀਆਂ ਸੰਗਤਾਂ ਸੇਵਾਵਾਂ ਬਹੁਤ ਵੱਡੀਆਂ। ਜੇ ਬਾਬਾ ਜਗਤਾਰ ਸਿੰਘ ਨੇ ਸੇਵਾ ਕੀਤੀ ਆ, ਇੰਗਲੈਂਡ ਦੀਆਂ ਸੰਗਤਾਂ ਦੇ ਸਿਰ 'ਤੇ ਕੀਤੀ ਆ, ਉਹ ਵਾਰ ਵਾਰ ਜਾਂਦੇ ਰਹੇ, ਜਦੋਂ ਜਾਂਦੇ ਰਹੇ ਅਸੀਂ ਉਹਨਾਂ ਦੀ ਮਦਦ ਕਰਦੇ ਹਾਂ, ਸਾਰੇ ਰਲ ਕੇ ਕਦੀ 5 ਲੱਖ, ਕਦੀ 10 ਲੱਖ, ਕਦੀ 20 ਲੱਖ ਤੱਕ ਵੀ ਆਉਣ ਆਏ ਆ। ਔਰ ਸਵਾਵਾ ਇੰਡੀਆ ਜੀ ਇੱਥੇ ਵੀ ਉਹਨਾਂ ਨੇ ਕੀਤੀ, ਇੰਗਲੈਂਡ ਦੇ ਸੰਗਤਾਂ ਸਿਰ 'ਤੇ। ਇੱਧਰ ਮੈਂ ਕਹਿੰਦਾ ਇੱਕ ਏਟ ਜਿਹੜੇ ਸਾਡੇ ਉਹ ਖੜ੍ਹੇ ਨੇ ਮੁਨੀਰ ਜੀ, ਲਾਲ ਜੀ, ਇਹ ਜਿਹੜੀ ਗੁਰਦੁਆਰੇ ਛੋਟੀ ਮੋਟੀ ਟੁੱਟ ਭੱਜ ਹੁੰਦੀ ਰਹਿੰਦੀ ਆ, ਕਦੀ ਗੋਹਾ ਟੁੱਟ ਗਿਆ, ਕਦੀ ਸਪੀਕਰ ਦਾ ਸਮਾਨ ਲਿਆਉਣਾ, ਕਦੀ ਕੋਈ ਬਲਬ ਚੂਜ਼ ਹੋ ਗਿਆ, ਕਦੀ ਪੱਖਿਆਂ ਦੀ ਲੋੜ ਪੈ ਗਈ, ਇਹ ਸੇਵਾ ਵੱਖ ਬੋਰਡਾਂ ਨੇ ਕਰਨੀ ਸੀ, ਮੇਰੇ ਖੇਡ ਖੇਡਣ ਜ਼ਿੰਮੇਵਾਰੀ ਦੀ। ਸੋ ਬਿਲਡਿੰਗ ਕਮਾਂਡ 'ਚ ਗੁਰੂ ਰਾਮਦਾਸ ਦੇ ਘਰ 'ਚ ਜਿਹਦਾ ਹਿੱਸਾ ਪਾਉਣਾ ਇਹਨਾਂ ਨੂੰ, ਇੱਥੇ ਦੇ ਇਹਨਾਂ ਨੇ ਰੋਜ਼ਨਾ ਬੱਚੇ 'ਚ ਲਿਖਦੇ ਰਹਿੰਦਾ, ਉਹ ਜਾਂਦਾ ਰੋਜ਼ਨਾ ਬੱਚਾ ਜਿਹੜਾ ਵੱਖ ਬੋਰਡ ਚੈੱਕ ਕਰਦਾ ਆ, ਉਹ ਰੋਜ਼ਨਾ ਬੱਚੇ ਸਮਝਦੇ ਵਿੱਚ ਕੋਈ ਖਾ ਲਿਓ, ਉਹ ਜਿਹੜੀ ਸੇਵਾ ਉੱਥੇ ਜਾਂਦੀ ਹੁੰਦੀ, ਜਿਹੜੀ ਅਰਦਾਸਾਂ ਦੀ ਸੇਵਾ ਇੱਧਰਲੇ ਬੰਨੇ, ਜਿਹੜੀ ਕੋਈ ਬਿਲਡਿੰਗ ਸ਼ੀਸ਼ਾ ਪਾਉਣਾ ਇੱਧਰਲੇ ਬੰਨੇ ਪਾਉਂਦੇ ਹੋ। ਮੈਂ ਇੱਕ ਦੋ ਗੱਲਾਂ ਹੋਰ ਕਰਨਾ ਨਹੀਂ, ਜਦ ਤੁਸੀਂ ਸੇਵਾ ਕਰਦਾ ਪਾਓ ਚਾਹ ਸਕਦੀ ਹਾਂ। ਗੁਰੂ ਦੀ ਜਿਹੜੀ ਲਾਹੀ ਗੱਲ ਹੈ ਨਾ, ਅਜ਼ਮਤ ਦੀ ਗੱਲ, ਉਹਦੇ ਬਾਰੇ ਜੇ ਗੁਰੂ ਰਾਮਦਾਸ ਦੀ ਗੱਲ ਕਰੀਏ, ਤਾਂ ਜਿਹੜੇ ਸਾਡੇ ਰਬਾਬੀ ਹੋਏ ਆ ਸੱਤਾ ਦੇ ਬਲ, ਉਹਨਾਂ ਨੇ ਅਖਬਾਰ ਲਿਖੀ ਆ, ਕਿਰਤ ਕਰਨ ਵਾਲੇ ਗੁਰਸਿੱਖ ਬੈਠੇ ਨੇ, ਧੰਨ ਧੰਨ ਰਾਮਦਾਸ ਗੁਰ ਵਾਰ ਹੈ, ਸੱਤੇ ਗੁਰਾਂ ਦੀ ਵਾਰ ਹੈ, ਉਸ ਵਾਰ ਦੀ ਮੇਰਾ ਖਿਆਲ ਜਿਵੇਂ ਭੁੱਲਦਾ ਨਹੀਂ, ਪੰਜਵੀਂ ਪੌੜੀ ਹੈ, ਧੰਨ ਧੰਨ ਰਾਮਦਾਸ ਗੁਰ ਪੰਜਵੀਂ ਸੱਤਵੀਂ ਪੌੜੀ, ਧੰਨ ਧੰਨ ਰਾਮਦਾਸ ਗੁਰ ਜਿਸ ਸਿਰਿਆ ਤਿਰੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ। ਪਿਛਲੇ ਦਿਨ ਵਿੱਚ ਵੀ ਕਿਰਤ ਕਰਾਈ ਸੀ ਆਪਣਾ ਇੱਥੇ, ਅਸੀਂ ਚਾਹੁੰਦੇ ਪਰਸਾਂ ਨੇ ਆਪਣੇ ਉਹਨਾਂ ਦੋ ਲੈਣ ਦੀ ਵਿਆਖਿਆ ਕਰਨੀ, ਪੂਰੀ ਪੌੜੀ ਹੈ, ਇਹਦੇ ਵਿੱਚ ਵੀ ਜਿਹੜੀ ਨਾ ਪੂਰੀ ਹੋਈ ਕਰਾਮਾਤ, ਜਦੋਂ ਆਪਾਂ ਕਹਿੰਦੇ ਨਾ ਵੀ ਸਿੱਖੀ ਦੇ ਵਿੱਚ ਆਗਮ ਲਿਖਦੀਆਂ ਗੱਲਾਂ ਘੱਟ ਹੈ, ਅੱਜ ਕੱਲ੍ਹ ਬਹੁਤ ਪ੍ਰਚਾਰ ਸਾਡੇ ਕਰਨ ਲੱਗ ਪਿਆ, ਆ ਇੱਥੇ ਆ ਕੇ ਦਿਖ ਜਾ ਕੇ ਸ਼ਬਦ ਉੱਤੇ ਸੱਤਾ ਬਲਵੰਡ ਕਹਿੰਦੇ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤੇ ਨੇ ਸਵਾਰਿਆ। ਗੁਰੂ ਰਾਮਦਾਸ ਦਾ ਜੀਵਨ ਦੇਖਿਓ ਇਸ ਪੰਕਤੀ ਨਾਲ ਜੋੜ ਕੇ ਜਾ, ਸੱਤਾ ਬਲਵੰਡ ਕਹਿ ਰਿਹਾ ਕਿ ਜਿਹੜਾ ਸਿਰਦਾ ਪਰਮਾਤਮਾ ਨਾ, ਮਨੁੱਖ ਦੀ ਸਿਰਦਾ ਕੌਣ ਕਰਦਾ ਜੀ, ਅਕਾਲ ਪੁਰਖ ਕਰਦਾ, ਮਨੁੱਖ ਦੀ ਸਿਰਜਣਾ ਮਾਂ ਬਾਪ ਨਹੀਂ ਕਰਦੇ, ਮਨੁੱਖ ਦੀ ਸਿਰਜਣਾ ਅਕਾਲ ਪੁਰਖ ਪਰਮਾਤਮਾ ਕਰਦਾ। ਕਿਹਨੇ ਕਦੋਂ ਜਨਮ ਲੈਣਾ ਹੈ, ਉਹ ਪਰਮਾਤਮਾ ਦੀ ਕੁਦਰਤ ਕਾਦਰ ਕਰਦਾ ਹੈ, ਪਰ ਸਿਰਜਣਾ ਪਰਮਾਤਮਾ ਕਰਦਾ, ਪਰ ਬੱਚੇ ਨੂੰ ਸਵਾਰਦਾ ਕੌਣ ਹੈ, ਬੱਚੇ ਨੂੰ ਸਵਾਰਦਾ ਕੌਣ ਹੈ, ਉਹਦਾ ਮਾਂ ਬਾਪ, ਉਹਦੇ ਅਧਿਆਪਕ, ਸਮਾਜ, ਆਤਮਾ ਜੁੜਿਆ। ਸੋ ਇਸ ਮਨੁੱਖ ਨੌਕਰੀ ਸੰਸਾਰ 'ਚ ਘਾਤ ਕਰੀ ਜਾਂਦੀ ਆ, ਉਹਨੂੰ ਸਿਰਜਦਾ ਅਕਾਲ ਪੁਰਖ ਪਰਮਾਤਮਾ, ਪਰ ਸਵਾਰਦਾ ਕੌਣ ਹੈ, ਉਹਦੇ ਮਾਂ ਬਾਪ, ਅਧਿਆਪਕ, ਆਲਾ ਦੁਆਲਾ ਸਮਾਜ, ਸਾਰਾ ਮਿਲ ਕੇ ਚਾਚੇ ਤਾਏ ਸਾਰੇ ਆਗਲੇ ਕਿੱਦਾਂ ਦੇ। ਤੇ ਗੁਰੂ ਰਾਮਦਾਸ ਜੀ ਜਦੋਂ ਘਰ
ਦੇਖੀਏ ਨਾ ਤੇ ਸੱਤਾ ਪਰਵਾਨ ਜਿਹੜੀ ਗੱਲ ਕਰ ਰਹੀ ਉਹਦੀ ਲੰਮੀ ਸਮਝਿਓ। ਉਹ ਕਹਿੰਦੇ ਧੰਨ ਧੰਨ ਨਾਮ ਦਾਸ ਗੁਰੂ ਜੀ ਇਹੋ ਜਿਹਾ ਬੱਚੇ ਆ ਜਿਹਦੀ ਸਿਰਜਣਾ ਅਕਾਲ ਪੁਰਖ ਪਰਮਾਤਮਾ ਨੇ ਕੀਤੀ। ਮਾਂ ਬਾਪ ਨੇ ਉਹਨਾਂ ਨੂੰ ਸਵਾਰਨਾ ਸੀ ਪਰ ਅਜੇ ਉਹ 2.5 ਸਾਲ ਦੇ ਵੀ ਨਹੀਂ ਸੀ, ਮਾਂ ਚੱਲ ਵਸੀ, 7 ਸਾਲ ਦੀ ਨਹੀਂ ਸੀ ਉਹ ਪਿਤਾ ਚੱਲ ਵਸਿਆ, ਸਵਾਰਨਾ ਕਿਹਨੇ ਸੀ, ਕੋਈ ਸਵਾਰਨਾ ਰਿਹਾ ਨਾ ਮਾਂ ਰਿਹਾ ਨਾ ਪਿਓ ਰਿਹਾ। ਬਾਅਦ ਜੋ ਮੇਰੇ ਚਾਚੇ ਤਾਇਆ ਦੀ ਚਾਚੇ ਤਾਂ ਰੋਟੀ ਦਾ ਟੁੱਕ ਦਾ ਤਨਖਾਈ ਹੋ ਗਿਆ ਤੇ ਚੁਣਦੀਆਂ ਛੋਟੇ ਛੋਟੇ ਹੀਰੇ ਜਿਹੜੇ ਚੁੰਨੀ ਸ਼ਬਦ ਸੀਗਾ ਸ਼ਬਦ ਅੱਜ ਆਪਾਂ ਚੁੰਨਾ ਮੰਦੀ ਕਰਦੇ ਉਹ ਚੁੰਨੀ ਸ਼ਬਦ ਹੁੰਦਾ ਜਿਹੜੇ ਹੀਰਿਆਂ ਦੀ ਕਾਹ ਬਚਦੇ ਉਹਨੂੰ ਚੁੰਨੀ, ਉਹਨੇ ਦੁਕਾਨ ਹੁੰਦੀ ਸੀ ਹੀਰਿਆਂ ਦੀ ਸ਼ੁਰੂ ਆਈ ਦੀ ਉੱਥੇ ਉਹ ਸੌਖੇ ਸੀਗੇ ਪਰ ਉਹਨਾਂ ਨੇ ਆਪਣੇ ਭਤੀਜਿਆਂ ਨੂੰ ਜਾਣੀ ਜਿਹੜੇ ਸੀਗੇ ਜਿਹੜੇ ਜ਼ਿੰਮੇਵਾਰੀ ਹੁੰਦੀ ਚਾਚੇ ਦਾ ਵੀ ਮੰਨਦੀਆਂ ਨੇ ਉਹ ਸ਼ਰੀਕ ਬਣ ਕੇ ਉਹਨਾਂ ਨੇ ਸਾਰੇ ਕਰਦਾ ਕਹਿੰਦਾ ਮਾਂ ਪਿਓ ਚੱਲ ਦੱਸੇ ਰੋਟੀ ਟੁੱਕ ਦੇਣ ਤੋਂ ਨਿਕਾਰੀ ਹੋ ਗਿਆ ਤੇ ਸੱਤਾ ਪਰਵਾਨ ਜੀ ਕਹਿੰਦੇ ਨੇ ਸਿਰਜਣਾ ਫਿਰ ਸਿਰਜਣਾ ਦੇ ਕੰਮ ਫਿਰ ਕਰਦੀ ਸਵਾਰਨ ਤੋਂ ਮਾਂ ਬਾਪ ਉਦਾਂ ਕਾਲ ਉਹਨੂੰ ਪਿਆਰੇ ਹੋ ਗਏ ਚੱਲ ਦੱਸੇ ਚਾਚੇ ਤਾਂ ਇਨਕਾਰੀ ਹੋ ਗਿਆ। ਨਾਨੀ ਆ ਕੇ ਪਿੰਡ ਪਾਸ ਕੇ ਲੈ ਗਈ ਉਹ ਆਪ ਬਜ਼ੁਰਗ ਹੈ ਪੜ੍ਹਾਈ ਦਾ ਗੁਲਾਮ ਦਾ ਉਹਨੂੰ ਸਮਝ ਨਹੀਂ ਮਿਲਿਆ। 7 ਸਾਲ ਦੀ ਉਮਰ ਤੋਂ ਇੱਕ ਕੁੜੇ ਲਿਖਣੇ ਸ਼ੁਰੂ ਕੀਤੇ ਨਾਨੀ ਦੀ ਪਾਲਣਾ ਨਾਲ ਆਪਣੇ ਛੋਟੇ ਭੈਣ ਭਰਾਵਾਂ ਦੀ ਪਾਲਣਾ ਨਾਲ ਪਰ ਪੜ੍ਹਾਈ ਦਾ ਮੌਕਾ ਨਹੀਂ ਮਿਲਿਆ ਤੇ ਇਹਦਾ ਮਤਲਬ ਸਵਾਰਥ ਸਮੁੰਦਰ ਕਿਹਾ ਗਿਆ ਇੱਕ ਤੋਂ ਬਾਅਦ ਦੂਜੀ ਗੱਲ ਨਿਕਲੀ ਜਾਣੀ ਹੈ ਕੋਈ ਦਾਵਾ ਨਹੀਂ ਕਰ ਸਕਦਾ ਵੱਡੇ ਤੋਂ ਵੱਡਾ ਰਾਗੀ ਕਿ ਮੈਂ ਰਾਗ ਜਾਣ ਲਿਆ ਰਾਗ ਨਹੀਂ ਜਾਣਿਆ ਜਾ ਸਕਦਾ ਥਾਂ ਨਹੀਂ ਪਾਈ ਜਾ ਸਕਦੀ ਰਾਗ ਕਹਿਣਾ ਔਖਾ ਪਰ ਰਾਗ ਲਿਖਣਾ ਕਿੰਨਾ ਔਖਾ ਹੋ ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਰਾਗ ਹੈ ਕੁੱਲ ਉਹਨਾਂ 'ਚੋਂ 30 ਰਾਗਾਂ 'ਚ ਬਾਣੀ ਨੂੰ ਲਾਉਣ ਵਾਸਤੇ ਜਿਹਨਾਂ ਨੂੰ ਮਾਂ ਬਾਪ ਨੇ ਪੜ੍ਹਾਉਣ ਜੋਗੇ ਰਹਿ ਨਹੀਂ ਚਾਚੇ ਤਾਇਆ ਪੜ੍ਹਾਇਆ ਨਹੀਂ ਛੋਟੇ 7 ਸਾਲ ਦੀ ਉਮਰ ਤੋਂ ਘੁੰਮਿਆ ਵੇਖ ਲਿਆ ਤੇ ਹੱਲਦੇ ਤੇ ਸਮਾਂ ਨਹੀਂ ਮਿਲਿਆ ਪਰ 30 ਰਾਗਾਂ 'ਚ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਜੋ ਗੱਲ ਕਰੀਏ ਨਾ ਗੁਰੂ ਗ੍ਰੰਥ ਸਾਹਿਬ 19 ਰਾਗਾਂ 'ਚ ਬਾਣੀ ਦਰਜਿਆ ਗੁਰੂ ਨਾਨਕ ਸਾਹਿਬ ਦੀ ਕੱਕੇ ਰਾਗਾਂ 'ਚ 19 ਰਾਗਾਂ 'ਚ ਗੁਰੂ ਨਾਨਕ ਸਾਹਿਬ ਦੀ ਬਾਣੀ ਦਰਜਿਆ ਗੁਰੂ ਉਹਨਾਂ 19 ਰਾਗਾਂ 'ਚੋਂ 17 ਰਾਗਾਂ ਦੇ ਵਿੱਚ ਉਹਨਾਂ 19 ਰਾਗਾਂ 'ਚ 17 ਰਾਗਾਂ 'ਚ ਬਾਣੀ ਧਾਰਨ ਕੀਤੀ ਗੁਰੂ ਅਮਰਦਾਸ ਜੀ ਨੇ ਵੱਖਰਾ ਰਾਗ ਆਪਣੇ ਕੋਈ ਨਹੀਂ ਕੀਤਾ ਜੋ ਗੁਰੂ ਨਾਨਕ ਸਾਹਿਬ ਨੇ ਕੀਤੀ ਉਹੀ ਕੀਤੇ ਗੁਰੂ ਅੰਗਦ ਦੇਵ ਰਾਗਾਂ 'ਚ ਬਾਣੀ ਧਾਰਨ ਨਹੀਂ ਕੀਤੀ ਤੇ ਜਦੋਂ ਗੁਰੂ ਰਾਮਦਾਸ ਦੀ ਬਾਣੀ ਜਿਹੜੇ ਭਗਤਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਇਕੱਠੀ ਕੀਤੀ ਉਹ ਟੋਟਲ ਬਣਾ ਕੇ 25 ਰਾਗਾਂ 'ਚ 19 ਰਾਗ ਗੁਰਮੁਖ ਸਾਹਿਬ ਵਾਲੇ 6 ਰਾਗ ਵੱਖਰੇ ਤੇ ਗੁਰੂ ਗ੍ਰੰਥ ਸਾਹਿਬ 31 ਰਾਗਾਂ 'ਚ ਬਾਣੀ ਧਾਰਨ ਇੱਕ ਰਾਗ ਜਿਹੜਾ ਜਾਇਜ਼ਾ ਬੰਦੀ ਉਸ ਗੁਰੂ ਤੇਗ ਬਹਾਦਰ ਦੇ ਸ਼ਬਦ ਹੋਰ ਕਿਸੇ ਦੇ ਨਹੀਂ ਜਿਹੜੇ ਬਾਕੀ 30 ਰਾਗ ਉਹਨਾਂ 30 ਰਾਗਾਂ ਦੇ ਵਿੱਚ 19 ਗੁਰੂ ਨਾਨਕ ਸਾਹਿਬ ਵਾਲੇ 6 ਭਗਤਾਂ ਵਾਲੇ 25 5 ਰਾਗ ਨਵੇਂ ਜਿਹੜੇ ਕਦੀ ਨਹੀਂ ਸੁਚਾਰੇ ਗਏ ਉਹਨਾਂ ਰਾਗਾਂ ਦੀ ਘਾਟ ਜਿਹੜੀ ਆ ਗੁਰੂ ਰਾਮਦਾਸ ਨੇ ਘੜੀ ਆ ਸਭ ਤੋਂ ਔਖੀ ਵਿਦਿਆ ਸਭ ਤੋਂ ਔਖੀ ਵਿਦਿਆ ਰਾਗ ਗਾਣਾ ਔਖਾ ਸਮੁੰਦਰ ਪਾ ਉਹਦੀ ਘਾਟ ਕਰਨੀ ਭਾਰਤੀ ਸੰਸਕ੍ਰਿਤੀ ਨੂੰ ਸਾਡੇ ਸਮਾਜ ਨੂੰ 5 ਨਵੇਂ ਰਾਗ ਗੁਰੂ ਰਾਮਦਾਸ ਨੇ ਦਿੱਤੇ ਜਿਹੜੇ ਪਹਿਲਾਂ ਕਿਸੇ ਨੇ ਨਹੀਂ ਸੁਚਾਰੇ ਤੇ ਸੱਤਾ ਪਰਵਾਨ ਕਹਿੰਦੇ ਇੱਡੀ ਵੱਡੀ ਵਿਦਿਆ ਐਡਾ ਵੱਡਾ ਗਿਆਨ ਕਿੱਥੋਂ ਆ ਗਿਆ ਮਾਂ ਬਾਪ ਨੀ ਪੜ੍ਹਾਉਣ ਜੋਗੇ ਚਾਚੇ ਦਾ ਇਨਕਾਰੀ ਹੋ ਗਿਆ ਸਮਾਜ ਨੇ ਪੜ੍ਹਾਉਣ ਖਾਲੀ ਕਿੱਥੋਂ ਆ ਗਿਆ ਗਿਆਨ ਉਹ ਕਹਿੰਦੇ ਧੰਨ ਧੰਨ ਰਾਮ ਦਾਸ ਗੁਰ ਕਹੋ ਧੰਨ ਧੰਨ ਰਾਮ ਦਾਸ ਗੁਰ ਕਿਉਂ ਜਿਹਨੇ ਸਿਰਿਆ ਕਿਹਨੇ ਸਵਾਰਿਆ ਉਹਨੂੰ ਸਿਰਜਾ ਵੀ ਕਾਲ ਪੁਰਖ ਪਰਮਾਤਮਾ ਨੇ ਉਹਨੂੰ ਸਵਾਰਿਆ ਵੀ ਕਾਲ ਪੁਰਖ ਪਰਮਾਤਮਾ ਬੋਲੇ ਸੋ ਕਹੋ ਸਾਨੂੰ ਧੰਨ ਧੰਨ ਰਾਮ ਦੁਨਿਆਵੀ ਮਨੁੱਖ ਨੇ ਨਹੀਂ ਸਿਰਜਿਆ ਧੰਨ ਧੰਨ ਨਾਲ ਸਵਾਰਿਆ ਧੰਨ ਧੰਨ ਰਾਮਦਾਸ ਗੁਰ ਜਿਹਨੇ ਸਿਰਿਆ ਜਿਹਨੇ ਸਿਰਜਿਆ ਉਹਨੇ ਸਵਾਰਿਆ ਫਿਰ ਸੱਤਾ ਤੋਂ ਮਨ ਮੋਹ ਲਾਉਂਦੇ ਆ ਕਹਿੰਦੇ ਪੂਰੀ ਹੋਈ ਕਰਾਮਾਤ ਪੂਰੀ ਕਰਾਮਾਤ ਹੋ ਗਈ ਇੰਨੀ ਵੱਡੀ ਕਰਾਮਾਤ ਨਹੀਂ ਹੋ ਸਕਦੀ ਕਿ ਸਿਰਜਣ ਹਾਰੇ ਧਾਰਿਆ ਜਿਹਨੇ ਉਹਨੂੰ ਸਿਰਜਿਆ ਸੀ ਉਹਨੇ ਉਹਨੂੰ ਆਪਣਾ ਬਣਾ ਕੇ ਆਪਣੀਆਂ ਸਾਰੀਆਂ ਸ਼ਕਤੀਆਂ ਦੇ ਦਿੱਤੀਆਂ ਪਹਿਲਾਂ ਸਿਰਜਿਆ ਫਿਰ ਸਵਾਰਿਆ ਤੇ ਵੱਡੀ ਕਰਾਮਾਤ ਇਹ ਹੋਈ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿਰਜਣਾ ਨੂੰ ਆਪਣਾ ਬਣਾ ਲਿਆ ਆਪਣੀ ਸਾਰੀਆਂ ਸ਼ਕਤੀਆਂ ਦੇ ਗੁਰੂ ਨਾਨਕ ਦਾ ਰੂਪ ਬਣ ਗਿਆ ਗੱਲ ਲੰਮਾ ਸ਼ਬਦ ਮੈਂ ਵਿਆਖਿਆ ਇਕੱਲੀ ਇਕੱਲੀ ਲੈਂਦੀ ਵਿਆਖਿਆ ਨਹੀਂ ਘੰਟਾ ਕਿਵੇਂ ਚੱਲਦਾ ਮੈਂ ਦੋ ਲੈਣਾ ਕਰਕੇ ਨਾ ਆਪਾਂ ਸ਼ਬਦ ਤੇ ਬਣਾ ਕੇ ਕਿਤੇ ਬੈਠ ਕੇ
ਉਦੋਂ ਵਿਆਖਿਆ ਕਰਾਂਗੇ। ਸੋ ਜੋ ਉਸ ਸਥਾਨ ਤੇ ਆ ਕੇ ਬੈਠਿਆ ਜਿੱਥੇ ਪੂਰੀ ਹੋਈ ਕਲਾ, ਪੂਰੀ ਨਹੀਂ ਕਲਾ, ਜਾ ਕਰੀਏ ਕਈ ਹਿਰਦੇ ਤੋਂ ਧੰਨ ਧੰਨ ਰਾਮਦਾਸ, ਧੰਨ ਧੰਨ ਰਾਮਦਾਸ, ਧੰਨ ਧੰਨ ਰਾਮਦਾਸ, ਧੰਨ ਧੰਨ ਰਾਮਦਾਸ ਨਾਲ ਅਰਦਾਸ ਕਰੀਏ। ਸਤਿਗੁਰ ਸੱਚੇ ਪਾਤਸ਼ਾਹ ਛੋਟੀ ਸੁਲਤਾਨ ਰਾਮਦਾਸ, ਤੈਨੂੰ ਕਾਲ ਪੁਰਖ ਨੇ ਸਿਰਜਿਆ ਵੀ, ਸਵਾਰਿਆ ਵੀ, ਆਪਣਾ ਬਣਾ ਲਿਆ, ਆਪਣੀਆਂ ਸਾਰੀਆਂ ਸ਼ਕਤੀਆਂ ਦਿੱਤੀਆਂ। ਇਹ ਧੰਨ ਗੁਰੂ ਰਾਮਦਾਸ ਜੀ, ਆਪਣੀਆਂ ਸ਼ਕਤੀਆਂ ਚੋਂ ਇੱਕ ਕਣੀ, ਇੱਕ ਕਿਣਕਾ ਆਪਣੇ ਚਰਨਾਂ ਦੀ ਧੂੜ ਦਾ ਕਿਤੇ ਸਾਡੇ ਵਾਸਤੇ ਬਣਿਆ, ਪਰ ਜੇ ਕੀ ਪਾਲ ਪਾਲੇ। ਔਰ ਉਹ ਗੁਰੂ ਰਾਮਦਾਸ, ਉਹ ਗੁਰੂ ਰਾਮਦਾਸ ਜਿਨ੍ਹਾਂ ਨੂੰ ਰੋਟੀ ਦਾ ਟੁੱਕ ਚਾਚੇ ਤਾਇਆ ਨਹੀਂ ਦਿੱਤਾ ਸੀ, ਉਹਦੇ ਦਰਬਾਰ ਚੋਂ ਲੱਖਾਂ ਲੱਖਾਂ ਰੋਟੀ, ਲੱਖਾਂ ਲੱਖਾਂ ਗੁਰੂ ਰਾਮਦਾਸ ਦਾ ਦਰਬਾਰ, ਗੁਰੂ ਰਾਮਦਾਸ ਦਾ ਲੰਗਰ ਅੰਮ੍ਰਿਤਸਰ। ਸੋ ਇੱਥੇ ਵੀ ਉੱਦਾਂ ਦੀਆਂ ਰੌਣਕਾਂ ਹੋਣ ਇਸ ਸਥਾਨ ਦੀ ਅਰਦਾਸਾਂ ਕਰੀਏ। ਆਪਾਂ ਚਾਹ ਦਾ ਲੰਗਰ ਛਕਣਾ ਹੈ, ਸੋ ਭਾਈ ਸਾਹਿਬ ਤੁਹਾਡੀ ਅਰਦਾਸਾਂ ਕਰਨਗੇ। ਆਪਾਂ ਕੋ ਹਾਂਜੀ ਧੰਨ ਧੰਨ ਰਾਮਦਾਸ ਗੁਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਆਓ ਜਲਦੀ ਨਾਨਕ ਤੇ ਮੁਖਿਓ ਜਲੇ ਗੇਤੀ ਛੁਟੀ ਨਾਲ, ਜਿਨੀ ਨਾਮ ਤੇ ਆਇਆ ਗੇਮ ਸ਼ਕਤ ਕਾਲ, ਨਾਨਕ ਤੇ ਮੁਖਿਓ ਜਲੇ ਗੇਤੀ ਛੁਟੀ ਨਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਟੀਆਂ ਜੱਗੀਆਂ ਤੁਕੇ ਜਨਨਾਮ ਜਪਿਆ ਵਣ ਸਿੱਖਿਆ ਦੀ ਚੁਲਾਈ ਦੀ ਅਗਵਾਈ ਦੀ ਕੈਂਡਟ ਕੀਤਾ ਤਿੰਨਾਂ ਪਿਆਰਿਆਂ ਸਚਰਜ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਤਰਮਿਤ ਸੀਸ ਦਿੱਤੇ, ਬੰਦ ਮਤ ਕਟਾਏ, ਖੋਪੜੀਆਂ ਲਵਾਈਆਂ, ਚਰਖੜੀਆਂ ਤੇ ਚੜੇ ਗਏ, ਆਰਿਆਂ ਨਾਲ ਚੜਾਏ ਗਏ, ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਤਰਮਣੀ ਆ ਰਿਹਾ ਸੀ ਕੇਸਾਂ ਸਵਾਸਾਂ ਨਾਲ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਾਤਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਕਿਆ ਹੈ ਛੇ ਤੇ ਆਪ ਕਾ ਸਦਕਾ ਸਰਬ ਸਕੋ ਹੈ ਜਮ ਜਮ ਖਾਲਸਾ ਜੀ ਸਤਾਂ ਪ੍ਰਚਾਰ ਰਾਜ ਦੀਪ ਤੇ ਫਤਿਹ ਵਿਰਕੀ ਪੈਜ ਪੰਡਿਤ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਗੁਰ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨ ਅਸਰ ਦਾਨ, ਨਾਮ ਦਾਨ,
ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਬੁੰਗਾ ਜੁਗੋ ਜੁਗਟਾ ਧਰਮ ਕਜਕਾਰ ਬੋਲੋ ਜੀ ਵਾਹਿ ਸਿਖਾਂ ਦਾ ਮਾਨਣੀ ਮਾਮਤ ਉੱਚੀ ਮਤਪਤ ਦੇ ਰਾਖੇ ਆਪ ਵਾਹਿਗੁਰੂ ਅਕਾਲ ਕਪੜੇ ਪੰਥ ਦੇ ਸਹਾਈ ਦਾ ਧਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਤਾਮਨ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜਮਾਣੀਆਂ ਨਿਮਾਣ ਥਾਣੀਆਂ ਦੀ ਤਾਣ ਨਿਓਟਿਆਂ ਦੀ ਓਟ ਤਨ ਤਨ ਸਤਿਗੁਰੂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਚਖੰਡ ਸਥਾਨ ਗੁਰਦੁਆਰਾ ਸ੍ਰੀ ਜਨਮ ਸਥਾਨ ਜੋਨਾ ਮੰਡੀ ਲਾਹੌਰ ਵਿਖੇ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਮਹਾਨ ਪਵਿੱਤਰ ਹਜ਼ੂਰੀ ਵਿਖੇ ਗਰੀਬ ਨਿਵਾਸ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪਿਆ ਦੇਰ ਪਲੋਆ ਐਸੀ ਦੀਨ ਦਿਆਲ ਸਤਿਗੁਰੂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਅਵਤਾਰ ਤਾਰੂ ਗੁਰਪੁਰਬ ਨੂੰ ਮਨਾਉਣ ਵਾਸਤੇ ਬੇਅੰਤ ਸੰਗਤਾਂ ਦੇਸਾਂ ਪ੍ਰਦੇਸਾਂ ਤੋਂ ਦੂਰ ਦੁਰੇਡੇ ਤੋਂ ਪਾਕਿਸਤਾਨ ਦੀ ਯਾਤਰਾ ਵਾਸਤੇ ਪੁੱਜੀਆਂ ਹਨ। ਸਤਿਗੁਰੂ ਜੀ ਅਰਦਾਸਾਂ ਜੁਜਲੀਆਂ ਕਰਾ ਰਹੇ ਸਤਿਗੁਰੂ ਜੀ ਨਨਕਾਣਾ ਸਾਹਿਬ ਯਾਤਰਾ ਕਮੇਟੀ ਅਤੇ ਹੋਰ ਬੇਅੰਤ ਸੰਗਤਾਂ ਅਰਦਾਸਾਂ ਜੁਜਲੀਆਂ ਕਰਾ ਰਹੀਆਂ। ਸਤਿਗੁਰੂ ਜੀ ਯਾਤਰਾ ਸਫਲੀ ਕਰਨੀ ਦਰੋਂ ਘਰੋਂ ਸਿੱਖੀ ਸਤਿਕ ਭਰੋਸਾ ਨਾਮ ਦਾਨ ਬਖਸ਼ਣਾ ਪਰਿਵਾਰਾਂ ਦੇ ਅਰੋਗਤਾ ਖੁਸ਼ੀਆਂ ਦੇ ਖੇੜੇ ਬਖਸ਼ੋ ਪੁੱਤੀ ਗੰਢ ਪਵੇ ਦੇ ਮਾਂ ਬਾਪ ਅਨੁਸਾਰ ਜਿਨ੍ਹਾਂ ਪਰਿਵਾਰਾਂ ਵਿੱਚ ਜੰਗੀ ਦੀ ਦਾਤ ਨਹੀਂ ਹਨ ਇਹ ਜੀ ਦਾਤ ਬਖਸ਼ ਕੇ ਖੁਸ਼ੀਆਂ ਦੇ ਖੇੜੇ ਪੁੱਤਰਾਂ ਵਿੱਚ ਝੋਲੀਆਂ ਭਰਨੀਆਂ। ਸਤਿਗੁਰੂ ਜੀ ਉਹ ਗਰੀਬ ਨਿਵਾਜ ਇਸ ਵੇਲੇ ਆਪਣਾ ਪਾਵਨ ਪੁੱਤਰ ਫਰਮਾਨ ਬਖਸ਼ ਕੇ ਸੰਗਤਾਂ ਨੂੰ ਉਤਾਰ ਕਰਨਾ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਅਰਦਾਸਾਂ ਜੁਜਣੀਆਂ ਤਿੰਨਾਂ ਦੀ ਅਰਦਾਸਾਂ ਬੇਨਤੀਆਂ ਦਰ ਪ੍ਰਵਾਨਗੀਆਂ ਤਿੰਨ ਗੁਟਾਵਾਂ ਦਰ ਪ੍ਰਵਾਨਗੀਆਂ ਬੇਅੰਤ ਸੰਗਤਾਂ ਵੱਲੋਂ ਰੁਮਾਲੇ ਪਿਛਾ ਕੇ ਭੇਟ ਹੋਇਆ ਨਰਮਾਲੇ ਅੰਗੀਕਾਰ ਪਿੰਡ ਕਾਲ ਪਿੰਡ ਦੂਰ ਕਰਨਾ ਲੋਕ ਪ੍ਰਲੋਕ ਦੇ ਪਰਦੇ ਚੜ੍ਹੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਜਿੱਥੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਕੇ ਪਾਣੀ ਸ਼ਰਮਤ ਬੋਲੇ ਸੋਨੇ ਮਾਇਆ ਵੋ ਭਰਮ ਪੈ ਬੋਲੇ ਸੁਤਦਾਰਾ ਸ਼ੋ ਪ੍ਰੀਤ ਲਗਾਈ ਕਿ ਉੱਤਮ ਪੰਥ ਸੁਣਿਓ ਗੁਰ ਸੰਗਤ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ ਸੁਖੋ ਡਲ ਗੁਰੂ ਸੇਵੀਐ ਮਲ ਜਨਮ ਜਨਮ ਦੀ ਕੱਟੀ ਹੈ ਸਜਣ ਸਚਾ ਆਦਿਸ਼ਾ ਸਿਰ ਸ਼ਾਹ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈ ਸ੍ਰੀ ਮਹੱਲਾ ਪੰਜਵਾਂ ਕੋਈ ਜਨ ਹਰ ਸਿਉ ਦੇਵੈ ਜੋਰ ਚਰਨ ਗਾਓ ਬਖੋ ਸੁਭ ਰਸਨਾ ਦੀਜੈ ਪ੍ਰਾਣ ਅਕੋਰ ਕੋਈ ਜਨ ਹਰ ਸਿਉ ਦੇਵੈ ਜੋਰ ਚਰਨ ਗਾਹੋ ਬਾਕੋ ਸਵਰਸਨਾ ਦੀਜੈ ਪ੍ਰਾਣ ਅਕੋਰ ਰਹਾ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ ਆ ਰਸਮ ਹੈ ਮਗਨ ਹੋਤ ਕਿਰਪਾ ਤੇ
ਮਹਾਮਿਖਿਆ ਤੇ ਤੋਰ ਆਇਓ ਸਰਣ ਦੀਨ ਦੁਖ ਭੰਜਨ ਚਿਤਵੋ ਤੁਮਰੀ ਔਰ ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋਰ ਆਇਓ ਸਰਣ ਦੀਨ ਦੁਖ ਭਜਨ ਚਿਤਵੋ ਤੁਮਰੀ ਔਰ ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸੋ ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਇੱਕ ਵਾਰੀ ਫਿਰ ਲੱਖਾਂ ਤੇ ਕਰੋੜਾਂ ਵਾਰ ਵਧਾਈ 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 ਪ੍ਰਵਾਨ ਹੋਏ ਜੀ ਬੋਲੇ ਸੋਹਣੇ ਹਾਲ ਡੋਂਗੇ ਵਿੱਚ ਕੀਤੇ ਬਹੁਤ ਡੂੰਘੇ ਵਿਚਾਰ ਸਾਂਝੇ ਕੀਤੇ ਉਹ ਵਿਚਾਰ ਗੁਰਮੁਖ ਪਿਆਰਿਓ ਜੋ ਸਾਨੂੰ ਦੱਸਿਆ ਗਿਆ ਤਿੰਨ ਚੀਜ਼ਾਂ ਜੋ ਕਿ ਹੈ ਇੱਥੇ ਬਹੁਤ ਜ਼ਰੂਰੀ ਹਨ ਜੋ ਦੱਸਣੀਆਂ ਸੰਗਤਾਂ ਨੂੰ ਸਭ ਤੋਂ ਪਹਿਲੀ ਜੋ ਹੈ ਜੋਤ ਦੇ ਨਾਲ ਜੋ ਚੁੱਭਾ ਬਣਿਆ ਹੋਇਆ ਚੁੱਭਾ ਗੁਰੂ ਰਾਮਦਾਸ ਜੀ ਦਾ ਇੱਥੇ ਪਹਿਲੇ ਇਸ਼ਨਾਨ ਕਰਵਾਇਆ ਗਿਆ ਸੀ ਜੋ ਚੁੱਭਾ ਬਣਿਆ ਹੈ ਜੋਤ ਦੇ ਨਾਲ ਇੱਥੇ ਗੁਰੂ ਰਾਮਦਾਸ ਜੀ ਦਾ ਪਹਿਲਾ ਇਸ਼ਨਾਨ ਕਰਵਾਇਆ ਗਿਆ ਸੀ ਦੂਸਰੇ ਨੰਬਰ 'ਤੇ ਸੇਵ ਨਕਸ਼ਾ ਹਰਿਮੰਦਰ ਸਾਹਿਬ ਦਾ ਹੈ ਤੀਸਰੇ ਨੰਬਰ 'ਤੇ ਸਾਹਮਣੇ ਤਖ਼ਤੀ ਲੱਗੀ ਹੈ ਜੋ ਪਹਿਲੇ ਪ੍ਰਾਂਤਨ ਸਮੇਂ ਦੀ ਬਿਲਡਿੰਗ ਦੀ ਜੋ ਹਾਲਤ ਸੀ ਬਾਅਦ ਵਿੱਚ ਬਾਬਾ ਜਗਤਾਰ ਸਿੰਘ ਜਿਵੇਂ ਭਾਈ ਸਾਹਿਬ ਨੇ ਆਪ ਜੀ ਨੂੰ ਦੱਸਿਆ ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲੇ ਅਤੇ ਪਰਮਜੀਤ ਸਿੰਘ ਸਰਨਾ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰੇ ਅਮੀਰਾਤ ਹੋਈ ਹੈ ਸੋ ਸਾਡੇ ਵੀਰ ਭਾਈ ਰਣਜੀਤ ਸਿੰਘ ਜੀ ਸਮੇਂ ਤੋਂ ਕਾਫੀ ਅਰਸੇ ਤੋਂ ਇਹਨਾਂ ਨਾਲ ਸਾਡਾ ਪਿਆਰ ਹੈ ਜਦੇ ਲੈ ਕੇ ਰਹਿੰਦੇ ਹਨ ਸੇਵਾ ਕਰਦੇ ਹਨ ਸੋ ਇਹਨਾਂ ਦਾ ਅਤੇ ਸਮੁੱਚੀ ਸਿਆਣ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਹੋਈਆਂ ਪੁਨਾ ਚੁੱਕਾ ਦੇਖੀ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ